ਵੇਲੇ ਪੂਰੇ ਉੱਤਰ ਭਾਰਤ ਵਿੱਚ ਭੀਸ਼ਣ ਗਰਮੀ ਪੈ ਰਹੀ ਹੈ। ਲਗਾਤਾਰ ਲੂ ਦੇ ਥਪੇੜਿਆਂ ਕਰਕੇ ਲੋਕ ਪਰੇਸ਼ਾਨ ਹੋ ਰਹੇ ਨੇ ਔਰ ਬਹੁਤ ਜ਼ਰੂਰੀ ਕੰਮ ਨਿਪਟਾਉਣ ਵਾਸਤੇ ਹੀ ਲੋਕ ਘਰੋਂ ਬਾਹਰ ਨਿਕਲ ਰਹੇ ਨੇ। ਪਰ ਅੱਜ ਇੱਕ ਰਾਹਤ ਭਰੀ ਖਬਰ ਹੈ ਲੋਕਾਂ ਵਾਸਤੇ, ਖਾਸ ਕਰਕੇ ਅੰਮ੍ਰਿਤਸਰ ਦੇ ਲੋਕਾਂ ਵਾਸਤੇ। ਤੁਹਾਨੂੰ ਦਿਖਾ ਦਿੰਦੇ ਹਾਂ ਕਿਸ ਕਦਰ ਬੱਦਲ ਛਾਏ ਹੋਏ ਨੇ ਅਸਮਾਨ 'ਤੇ ਤੇਜ਼ ਅਤੇ ਠੰਡੀਆਂ ਹਵਾਵਾਂ ਚੱਲਦੀਆਂ ਨੇ, ਜਿਸ ਨੇ ਤਾਪਮਾਨ ਵਿੱਚ ਭਾਰੀ ਗਿਰਾਵਟ ਲਾ ਦਿੱਤੀ ਹੈ ਅਤੇ ਲੋਕਾਂ ਨੂੰ ਗਰਮੀ ਤੋਂ ਵਧੇਰੇ ਰਾਹਤ ਵਿਖਾਈ ਦੇ ਰਹੀ ਹੈ। ਥੋੜ੍ਹੀਆਂ ਬੂੰਦਾਬਾਂਦੀ ਵੀ ਜਿਹੜੀ ਹੋਈ ਹੈ ਬਰਸਾਤ ਦੀ, ਅਤੇ ਉਸ ਤੋਂ ਬਾਅਦ ਲੋਕਾਂ ਨੂੰ ਕਾਫੀ ਰਾਹਤ ਹੋਈ ਹੈ ਕਿਉਂਕਿ ਬਹੁਤ ਦਿਨਾਂ ਤੋਂ ਲਗਾਤਾਰ ਲੂ ਦੇ ਥਪੇੜੇ ਅਤੇ ਤੇਜ਼ ਧੁੱਪ ਕਾਰਨ ਅੰਮ੍ਰਿਤਸਰ ਦੇ ਲੋਕ ਕਾਫੀ ਪਰੇਸ਼ਾਨ ਵਿਖਾਈ ਦੇ ਰਹੇ ਸੀ ਅਤੇ ਅੱਜ ਮੌਸਮ ਵਿਭਾਗ ਨੇ ਪੰਜਾਬ ਭਰ ਵਿੱਚ ਕਈ ਜ਼ਿਲ੍ਹਿਆਂ ਵਿੱਚ ਬਰਸਾਤ ਦਾ ਖਦਸ਼ਾ ਜਤਾਇਆ ਸੀਗਾ ਅਤੇ ਅੱਜ ਜਿਹੜਾ ਕਿ ਇੱਥੇ ਮੌਸਮ ਖੁਸ਼ਗਵਾਰ ਹੋ ਗਿਆ, ਮੌਸਮ ਨੇ ਕਰਵਟ ਬਦਲੀ ਹੈ ਔਰ ਤੇਜ਼ ਅਤੇ ਠੰਡੀਆਂ ਹਵਾਵਾਂ ਚੱਲੀਆਂ ਨੇ, ਜਿਸ ਤੋਂ ਬਾਅਦ ਲੋਕਾਂ ਨੂੰ ਵੱਡੀ ਰਾਹਤ ਮਿਲਦੀ ਹੋਈ ਵਿਖਾਈ ਦੇ ਰਹੀ ਹੈ। ਲਗਾਤਾਰ ਜੇ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਵਿੱਚ ਰਿਕਾਰਡ ਤੋੜ ਗਰਮੀ ਪੈਂਦੀ ਹੈ, ਜਿਸ ਤੋਂ ਬਾਅਦ ਲੋਕਾਂ ਨੂੰ ਕਾਫੀ ਦਿੱਕਤਾਂ ਹੁੰਦੀਆਂ ਨੇ। ਅਕਸਰ ਜੂਨ, ਜੁਲਾਈ, ਅਗਸਤ ਦੇ ਮਹੀਨਿਆਂ ਵਿੱਚ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ ਅਤੇ ਅੱਜ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੋਈ ਵਿਖਾਈ ਦੇ ਰਹੀ ਹੈ। ਬੱਦਲਵਾਈ ਛਾਈ ਹੋਈ ਹੈ, ਕਿਤੇ ਕਿਤੇ ਕੁਝ ਬਰਸਾਤ ਦੀਆਂ ਬੂੰਦਾਂ ਵੀ ਪਈਆਂ ਨੇ, ਉਸ ਤੋਂ ਬਾਅਦ ਤੇਜ਼ ਹਵਾਵਾਂ ਕਾਰਨ ਲਗਾਤਾਰ ਮੌਸਮ ਜਿਹੜਾ ਉਹ ਠੰਡਾ ਹੋਇਆ ਵਿਖਾਈ ਦੇ ਰਿਹਾ, ਬਦਲਿਆ ਵਿਖਾਈ ਦੇ ਰਿਹਾ, ਜਿਸ ਤੋਂ ਬਾਅਦ ਲੋਕਾਂ ਨੂੰ ਕਾਫੀ ਰਾਹਤ ਮਹਿਸੂਸ ਹੋ ਰਹੀ ਹੈ। ਇਸ ਵੇਲੇ ਪੂਰੇ ਉੱਤਰ ਭਾਰਤ ਵਿੱਚ ਭੀਸ਼ਣ ਗਰਮੀ ਪੈ ਰਹੀ ਹੈ। ਲਗਾਤਾਰ ਲੂ ਦੇ ਥਪੇੜਿਆਂ ਕਰਕੇ ਲੋਕ ਪਰੇਸ਼ਾਨ ਹੋ ਰਹੇ ਨੇ ਔਰ ਬਹੁਤ ਜ਼ਰੂਰੀ ਕੰਮ ਨਿਪਟਾਉਣ ਵਾਸਤੇ ਹੀ ਲੋਕ ਘਰੋਂ ਬਾਹਰ ਨਿਕਲ ਰਹੇ ਨੇ। ਪਰ ਅੱਜ ਇੱਕ ਰਾਹਤ ਭਰੀ ਖਬਰ ਹੈ ਲੋਕਾਂ ਵਾਸਤੇ, ਖਾਸ ਕਰਕੇ ਅੰਮ੍ਰਿਤਸਰ ਦੇ ਲੋਕਾਂ ਵਾਸਤੇ। ਤੁਹਾਨੂੰ ਦਿਖਾ ਦਿੰਦੇ ਹਾਂ ਕਿਸ ਕਦਰ ਬੱਦਲ ਛਾਏ ਹੋਏ ਨੇ ਅਸਮਾਨ 'ਤੇ ਤੇਜ਼ ਅਤੇ ਠੰਡੀਆਂ ਹਵਾਵਾਂ ਚੱਲਦੀਆਂ ਨੇ, ਜਿਸ ਨੇ ਤਾਪਮਾਨ ਵਿੱਚ ਭਾਰੀ ਗਿਰਾਵਟ ਲਾ ਦਿੱਤੀ ਹੈ ਅਤੇ ਲੋਕਾਂ ਨੂੰ ਗਰਮੀ ਤੋਂ ਵਧੇਰੇ ਰਾਹਤ ਵਿਖਾਈ ਦੇ ਰਹੀ ਹੈ। ਥੋੜ੍ਹੀਆਂ ਬੂੰਦਾਬਾਂਦੀ ਵੀ ਜਿਹੜੀ ਹੋਈ ਹੈ ਬਰਸਾਤ ਦੀ, ਅਤੇ ਉਸ ਤੋਂ ਬਾਅਦ ਲੋਕਾਂ ਨੂੰ ਕਾਫੀ ਰਾਹਤ ਹੋਈ ਹੈ ਕਿਉਂਕਿ ਬਹੁਤ ਦਿਨਾਂ ਤੋਂ ਲਗਾਤਾਰ ਲੂ ਦੇ ਥਪੇੜੇ ਅਤੇ ਤੇਜ਼ ਧੁੱਪ ਕਾਰਨ ਅੰਮ੍ਰਿਤਸਰ ਦੇ ਲੋਕ ਕਾਫੀ ਪਰੇਸ਼ਾਨ ਵਿਖਾਈ ਦੇ ਰਹੇ ਸੀ ਅਤੇ ਅੱਜ ਮੌਸਮ ਵਿਭਾਗ ਨੇ ਪੰਜਾਬ ਭਰ ਵਿੱਚ ਕਈ ਜ਼ਿਲ੍ਹਿਆਂ ਵਿੱਚ ਬਰਸਾਤ ਦਾ ਖਦਸ਼ਾ ਜਤਾਇਆ ਸੀਗਾ ਅਤੇ ਅੱਜ ਜਿਹੜਾ ਕਿ ਇੱਥੇ ਮੌਸਮ ਖੁਸ਼ਗਵਾਰ ਹੋ ਗਿਆ, ਮੌਸਮ ਨੇ ਕਰਵਟ ਬਦਲੀ ਹੈ ਔਰ ਤੇਜ਼ ਅਤੇ ਠੰਡੀਆਂ ਹਵਾਵਾਂ ਚੱਲੀਆਂ ਨੇ, ਜਿਸ ਤੋਂ ਬਾਅਦ ਲੋਕਾਂ ਨੂੰ ਵੱਡੀ ਰਾਹਤ ਮਿਲਦੀ ਹੋਈ ਵਿਖਾਈ ਦੇ ਰਹੀ ਹੈ। ਲਗਾਤਾਰ ਜੇ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਵਿੱਚ ਰਿਕਾਰਡ ਤੋੜ ਗਰਮੀ ਪੈਂਦੀ ਹੈ, ਜਿਸ ਤੋਂ ਬਾਅਦ ਲੋਕਾਂ ਨੂੰ ਕਾਫੀ ਦਿੱਕਤਾਂ ਹੁੰਦੀਆਂ ਨੇ। ਅਕਸਰ ਜੂਨ, ਜੁਲਾਈ, ਅਗਸਤ ਦੇ ਮਹੀਨਿਆਂ ਵਿੱਚ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ ਅਤੇ ਅੱਜ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੋਈ ਵਿਖਾਈ ਦੇ ਰਹੀ ਹੈ। ਬੱਦਲਵਾਈ ਛਾਈ ਹੋਈ ਹੈ, ਕਿਤੇ ਕਿਤੇ ਕੁਝ ਬਰਸਾਤ ਦੀਆਂ ਬੂੰਦਾਂ ਵੀ ਪਈਆਂ ਨੇ, ਉਸ ਤੋਂ ਬਾਅਦ ਤੇਜ਼ ਹਵਾਵਾਂ ਕਾਰਨ ਲਗਾਤਾਰ ਮੌਸਮ ਜਿਹੜਾ ਉਹ ਠੰਡਾ ਹੋਇਆ ਵਿਖਾਈ ਦੇ ਰਿਹਾ, ਬਦਲਿਆ ਵਿਖਾਈ ਦੇ ਰਿਹਾ, ਜਿਸ ਤੋਂ ਬਾਅਦ ਲੋਕਾਂ ਨੂੰ ਕਾਫੀ ਰਾਹਤ ਮਹਿਸੂਸ ਹੋ ਰਹੀ ਹੈ। ਵਿਪਨ ਸ਼ਰਮਾ ਦੇ ਨਾਲ ਸਿਕੰਦਰ ਪਸੀਚਾ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲਿਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।